ਕਾਰ ਦੇ ਵਿੱਚ ਸਵਾਰ ਹੋ ਕੇ ਠੱਗਾਂ ਨੇ ਇੱਕ ਔਰਤ ਨੂੰ ਵਰਗਲਾ ਕੇ ਸੋਨੇ ਦੀਆਂ ਚੂੜੀਆਂ ਉਤਾਰ ਲਈਆਂ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ। ਸੜਕ 'ਤੇ ਇੱਕ ਔਰਤ ਪੈਦਲ ਤੁਰੀ ਜਾ ਰਹੀ ਹੈ। ਇੱਕ ਕਾਰ ਦੇ ਵਿੱਚ ਸਵਾਰ ਲੁਟੇਰੇ ਨੇ ਜਿਨ੍ਹਾਂ ਨੇ ਔਰਤ ਦੇ ਬਰਾਬਰ ਲਿਆ ਕੇ ਕਾਰ ਨੂੰ ਖੜਾਇਆ। ਇਹ ਕਿਹਾ ਕਿ ਪਿੱਛੇ ਤੁਹਾਡੀਆਂ ਭੈਣਾਂ ਬੈਠੀਆਂ ਨੇ, ਉਹਨਾਂ ਨੂੰ ਮਿਲ ਲਵੋ। ਜਿਉਂ ਹੀ ਔਰਤ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ, ਇੱਕ ਮਹਿਲਾ ਦੇ ਗੱਲ ਲੱਗ ਕੇ ਇੱਕ ਦੂਜੇ ਨੂੰ ਮਿਲਣ ਲੱਗੇ ਤਾਂ ਦੂਜੀ ਮਹਿਲਾ ਦੇ ਵੱਲੋਂ ਔਰਤ ਦੇ ਹੱਥ ਦੇ ਵਿੱਚ ਪਾਈਆਂ ਸੋਨੇ ਦੀਆਂ ਚੂੜੀਆਂ ਉਤਾਰ ਲਈਆਂ ਔਰ ਧੱਕਾ ਮਾਰ ਕੇ ਪਿੱਛੇ ਨੂੰ ਕਰ ਦਿੱਤਾ। ਜਿਉਂ ਹੀ ਇਸ ਮਹਿਲਾ ਨੇ ਆਪਣੀਆਂ ਬਾਹਾਂ ਦੇ ਵੱਲ ਝਾਕਿਆ ਤਾਂ ਹੱਕੀ ਬੱਕੀ ਰਹਿ ਗਈ। ਸੋਨੇ ਦੀਆਂ ਚੂੜੀਆਂ ਉਸਦੇ ਬਾਹਾਂ ਦੇ ਵਿੱਚ ਨਹੀਂ ਸੀ ਤਾਂ ਠੱਗਾਂ ਦੇ ਵੱਲੋਂ ਇਹ ਹੁਣ ਨਵਾਂ ਤਰੀਕਾ ਠੱਗਣ ਦਾ ਲੱਭਿਆ ਗਿਆ ਏ। ਦੀਨਾ ਨਗਰ ਜੀਟੀ ਰੋਡ ਦੀਆਂ ਇਹ ਤਸਵੀਰਾਂ ਨੇ। ਪੀੜਤ ਮਹਿਲਾ ਅਨੀਤਾ ਮਹਾਜਨ ਨੇ ਦੱਸਿਆ ਕਿ ਜਦ ਉਹ ਜੀਟੀ ਰੋਡ ਤੋਂ ਥੋੜ੍ਹੀ ਦੂਰ ਗਈ ਤਾਂ ਇੱਕ ਕਾਰ ਸਵਾਰ ਨੇ ਮੈਨੂੰ ਆਵਾਜ਼ ਮਾਰ ਕੇ ਕਿਹਾ ਕਿ ਪਿਛਲੀ ਸੀਟ 'ਤੇ ਤੁਹਾਡੀ ਭੈਣ ਬੈਠੀ ਹੋਈ ਹੈ, ਉਹਨਾਂ ਨੂੰ ਮਿਲ ਲਵੋ। ਜਿਉਂ ਹੀ ਉਸਨੇ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਪਿੱਛੇ ਦੋ ਔਰਤਾਂ ਬੈਠੀਆਂ ਸੀ। ਜਦੋਂ ਉਹ ਗੱਲ ਲੱਗ ਕੇ ਮਿਲਣ ਲੱਗੀ ਤਾਂ ਦੂਜੀ ਔਰਤ ਨੇ ਉਸਦੇ ਹੱਥ ਦੇ ਵਿੱਚ ਪਾਈਆਂ ਸੋਨੇ ਦੀਆਂ ਚੂੜੀਆਂ ਨੂੰ ਉਤਾਰ ਲਿਆ ਅਤੇ ਉਸਨੂੰ ਪਿੱਛੇ ਵੱਲ ਧੱਕ ਦਿੱਤਾ ਔਰ ਗੱਡੀ ਨੂੰ ਭਜਾ ਲਿਆ। ਔਰ ਜਦੋਂ ਉਸਨੇ ਆਪਣੀਆਂ ਬਾਹਾਂ ਦੇ ਵੱਲ ਦੇਖਿਆ ਤਾਂ ਬਾਹਾਂ ਤੋਂ ਚੂੜੀਆਂ ਗਾਇਬ ਸਨ। ਤਾਂ ਉਹ ਇਸ ਘਟਨਾ ਤੋਂ ਬਾਅਦ ਫਰਾਰ ਹੋ ਗਏ। ਇਸ ਸੰਬੰਧੀ ਥਾਣਾ ਦੀਨਾ ਨਗਰ ਵਿਖੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ। ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮਹਿਲਾ ਨੂੰ ਵਰਗਲਾ ਕੇ ਉਸ ਦੀਆਂ ਸੋਨੇ ਦੀਆਂ ਚੂੜੀਆਂ ਨੂੰ ਉਤਾਰਿਆ ਗਿਆ ਔਰ ਮੌਕੇ ਤੋਂ ਕਾਰ ਸਵਾਰ ਇੱਥੋਂ ਫਰਾਰ ਹੋ ਗਏ। ਕਾਰ ਦੇ ਵਿੱਚ ਸਵਾਰ ਹੋ ਕੇ ਠੱਗਾਂ ਨੇ ਇੱਕ ਔਰਤ ਨੂੰ ਵਰਗਲਾ ਕੇ ਸੋਨੇ ਦੀਆਂ ਚੂੜੀਆਂ ਉਤਾਰ ਲਈਆਂ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਨਾਲ ਦੇਖੋ। ਸੜਕ 'ਤੇ ਇੱਕ ਔਰਤ ਪੈਦਲ ਤੁਰੀ ਜਾ ਰਹੀ ਹੈ। ਇੱਕ ਕਾਰ ਦੇ ਵਿੱਚ ਸਵਾਰ ਲੁਟੇਰੇ ਨੇ ਜਿਨ੍ਹਾਂ ਨੇ ਔਰਤ ਦੇ ਬਰਾਬਰ ਲਿਆ ਕੇ ਕਾਰ ਨੂੰ ਖੜਾਇਆ। ਇਹ ਕਿਹਾ ਕਿ ਪਿੱਛੇ ਤੁਹਾਡੀਆਂ ਭੈਣਾਂ ਬੈਠੀਆਂ ਨੇ, ਉਹਨਾਂ ਨੂੰ ਮਿਲ ਲਵੋ। ਜਿਉਂ ਹੀ ਔਰਤ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ, ਇੱਕ ਮਹਿਲਾ ਦੇ ਗੱਲ ਲੱਗ ਕੇ ਇੱਕ ਦੂਜੇ ਨੂੰ ਮਿਲਣ ਲੱਗੇ ਤਾਂ ਦੂਜੀ ਮਹਿਲਾ ਦੇ ਵੱਲੋਂ ਔਰਤ ਦੇ ਹੱਥ ਦੇ ਵਿੱਚ ਪਾਈਆਂ ਸੋਨੇ ਦੀਆਂ ਚੂੜੀਆਂ ਉਤਾਰ ਲਈਆਂ ਔਰ ਧੱਕਾ ਮਾਰ ਕੇ ਪਿੱਛੇ ਨੂੰ ਕਰ ਦਿੱਤਾ। ਜਿਉਂ ਹੀ ਇਸ ਮਹਿਲਾ ਨੇ ਆਪਣੀਆਂ ਬਾਹਾਂ ਦੇ ਵੱਲ ਝਾਕਿਆ ਤਾਂ ਹੱਕੀ ਬੱਕੀ ਰਹਿ ਗਈ। ਸੋਨੇ ਦੀਆਂ ਚੂੜੀਆਂ ਉਸਦੇ ਬਾਹਾਂ ਦੇ ਵਿੱਚ ਨਹੀਂ ਸੀ ਤਾਂ ਠੱਗਾਂ ਦੇ ਵੱਲੋਂ ਇਹ ਹੁਣ ਨਵਾਂ ਤਰੀਕਾ ਠੱਗਣ ਦਾ ਲੱਭਿਆ ਗਿਆ ਏ। ਦੀਨਾ ਨਗਰ ਜੀਟੀ ਰੋਡ ਦੀਆਂ ਇਹ ਤਸਵੀਰਾਂ ਨੇ। ਪੀੜਤ ਮਹਿਲਾ ਅਨੀਤਾ ਮਹਾਜਨ ਨੇ ਦੱਸਿਆ ਕਿ ਜਦ ਉਹ ਜੀਟੀ ਰੋਡ ਤੋਂ ਥੋੜ੍ਹੀ ਦੂਰ ਗਈ ਤਾਂ ਇੱਕ ਕਾਰ ਸਵਾਰ ਨੇ ਮੈਨੂੰ ਆਵਾਜ਼ ਮਾਰ ਕੇ ਕਿਹਾ ਕਿ ਪਿਛਲੀ ਸੀਟ 'ਤੇ ਤੁਹਾਡੀ ਭੈਣ ਬੈਠੀ ਹੋਈ ਹੈ, ਉਹਨਾਂ ਨੂੰ ਮਿਲ ਲਵੋ। ਜਿਉਂ ਹੀ ਉਸਨੇ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਪਿੱਛੇ ਦੋ ਔਰਤਾਂ ਬੈਠੀਆਂ ਸੀ। ਜਦੋਂ ਉਹ ਗੱਲ ਲੱਗ ਕੇ ਮਿਲਣ ਲੱਗੀ ਤਾਂ ਦੂਜੀ ਔਰਤ ਨੇ ਉਸਦੇ ਹੱਥ ਦੇ ਵਿੱਚ ਪਾਈਆਂ ਸੋਨੇ ਦੀਆਂ ਚੂੜੀਆਂ ਨੂੰ ਉਤਾਰ ਲਿਆ ਅਤੇ ਉਸਨੂੰ ਪਿੱਛੇ ਵੱਲ ਧੱਕ ਦਿੱਤਾ ਔਰ ਗੱਡੀ ਨੂੰ ਭਜਾ ਲਿਆ। ਔਰ ਜਦੋਂ ਉਸਨੇ ਆਪਣੀਆਂ ਬਾਹਾਂ ਦੇ ਵੱਲ ਦੇਖਿਆ ਤਾਂ ਬਾਹਾਂ ਤੋਂ ਚੂੜੀਆਂ ਗਾਇਬ ਸਨ। ਤਾਂ ਉਹ ਇਸ ਘਟਨਾ ਤੋਂ ਬਾਅਦ ਫਰਾਰ ਹੋ ਗਏ। ਇਸ ਸੰਬੰਧੀ ਥਾਣਾ ਦੀਨਾ ਨਗਰ ਵਿਖੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ। ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮਹਿਲਾ ਨੂੰ ਵਰਗਲਾ ਕੇ ਉਸ ਦੀਆਂ ਸੋਨੇ ਦੀਆਂ ਚੂੜੀਆਂ ਨੂੰ ਉਤਾਰਿਆ ਗਿਆ ਔਰ ਮੌਕੇ ਤੋਂ ਕਾਰ ਸਵਾਰ ਇੱਥੋਂ ਫਰਾਰ ਹੋ ਗਏ।